ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ ਜੀ? ਅੱਜ ਲੱਗੇ ਜੀ ਆਪਾਂ ਕਣਕ ਬੀਜਣਾ, ਕਰਤਾ ਜੀ ਕੰਮ ਸਟਾਰਟ। ਖੜ੍ਹਾ ਜੀ ਇੱਧਰ ਸ਼ੇਰ, ਡਰੀ ਜਾਂਦਾ ਹੈਗਾ, ਭਾਰ ਪਾਦਾ ਇਹਦੇ ਪਿੱਛੇ ਬਹੁਤ ਜ਼ਿਆਦਾ, 12-13 ਕੁਆਟਲ ਭਾਰ ਹੈਗਾ ਅਤੇ ਚੱਕਦਾ ਵਿਚਾਰਾ ਅਤੇ ਬਹਿੰਦਾ ਤੁਰਿਆ ਜਾਂਦਾ। ਹੁਣ ਤਾਂ ਇਹ ਕਹਿੰਦਾ ਕਿੱਧਰ ਫਸਾਇਆ ਜੱਟੋ, ਕਹਿੰਦਾ ਮੈਨੂੰ ਤੁਸੀਂ। ਹੈਪੀ ਹੁਣੀ ਆ ਗਏ ਜੀ ਖੇਤ, ਚਾਹ ਚੂਹ ਪੀ ਜਾਂਦੇ ਨੇਗੇ, ਕਣਕ ਅਜੇ ਬੀਜਣ ਨਹੀਂ ਲੱਗੇ, ਪਹਿਲਾਂ ਚਾਹ ਦੀ ਹੋ ਗਈ ਇਹਨਾਂ ਨੂੰ। ਹਾਂ ਸਰੀਰ ਬਣਾ ਕੇ ਸੀ, ਆਹ ਦੇਖੋ ਜੀ 5-6 ਕਨਾਲਾਂ ਹੀ ਬੀਜਣੀਆਂ ਅੱਜ, ਵੱਤ ਜੀ ਆਈਆਂ ਸੀਗੀਆਂ, ਪਾਣੀ ਪਹਿਲਾਂ ਹੀ ਲੱਗਿਆ ਸੀਗਾ ਝੋਨੇ ਖੜ੍ਹੇ 'ਚ, ਅਤੇ ਅੱਜ ਤਾਂ ਇੰਨਾ ਕੁ ਥਾਂ ਹੀ ਬੀਜਾਂਗੇ ਜੀ। ਅਜੇ 2-4 ਦਿਨ ਤਾਂ ਨਹੀਂ ਜ਼ਮੀਨ ਦੂਸਰੀ ਵੱਤਾਂ ਦੀ ਆਪਣੀ। ਜਗਜੀਤ ਦਾ ਸੁਪਰ ਸੀਡਰ ਹੈ ਜੀ ਇਹ, ਪਿਛਲੇ ਸਾਲ ਹੀ ਲਿਆ ਸੀ ਆਪਾਂ, ਬਿਜਾਈ ਬਿਜੂਈ ਬਹੁਤ ਵਧੀਆ ਜੀ ਇਹਦੀ, ਅਤੇ ਆਹ ਇਸ ਵਾਰੀ ਲਿਆ ਇਹਦੇ ਵਾਸਤੇ। ਪਿਛਲੇ ਸਾਲ ਆਪਾਂ ਚਲਾਏ ਸੋਨਾਲੀਕਾ, ਅਤੇ ਉਹਦੇ ਥੋੜ੍ਹੇ ਚੱਕਰ ਜ਼ਿਆਦਾ ਕਰਕੇ ਫਿਰ ਸੈੱਟ ਨਹੀਂ ਬੈਠਾ ਉਹਦੀ ਕੰਮ ਜੀ, ਅਤੇ ਫਿਰ ਇਹ ਲੈਣਾ ਪੈ ਗਿਆ, ਇਸ ਕਰਕੇ ਮਜਬੂਰੀ 'ਚ ਇਹ ਤੋਰਾ ਤਾਰਾ ਜੀ ਸੈੱਟ ਹੈਗਾ, ਕਿਉਂਕਿ ਗੇਅਰ ਪ੍ਰੋ ਨਾ। ਚਲੋ ਜੀ ਚਲਾਉਣੇ ਜੀ ਆਪਾਂ, ਫਿਰ ਇਹਨੂੰ ਦਿਖਾਉਣੇ ਤੁਹਾਨੂੰ, ਚੱਲਦਾ ਕਰਦੇ ਹਾਂ ਸ਼ੁਰੂਆਤ। ਚੱਲ ਹੈਪੀ ਮਾਰ ਸੈਲਫ ਹੋਏ, ਕਹਿ ਵਾਹਿਗੁਰੂ ਅਤੇ ਆਹ ਬਾਬਾ ਹੋ ਜੇ 90 ਮਣ ਬਹੁਤ ਆ ਓਏ, 90 ਮਣ ਤਾਂ ਹੋਜੂ ਹੈ ਨਾ, ਹੋਜੂ 10 ਕਨਾਲਾਂ 'ਚ 90 ਮਣ, ਕਿੱਲਾ ਵੱਡਾ ਕਰ ਦਿੰਦੇ ਆਪਾਂ ਆਪਣੀ ਸਾਰੇ ਆ। ਲਓ ਜੀ ਕਰ ਲਿਆ ਜੀ ਕੰਮ ਸਟਾਰਟ, ਆਹ ਦੇਖੋ ਚੱਕਣ ਲੱਗਾ ਬਹਿੰਦਾ, ਅੱਧਾ ਫੁੱਟ ਬਹਿ ਜਾਂਦਾ ਹੈਗਾ, ਭਾਰ ਬਹੁਤ ਆ ਨਾ ਜੀ ਇਹਦੇ ਚੱਕ ਤਾਂ। ਵੱਡਾ ਰੱਖ ਗੇਰ, ਤੂੰ ਤਾਂ ਪਹਿਲਾਂ ਹੀ ਹੋਰ ਥੋੜ੍ਹਾ ਲਾ ਲਿਆ, ਛੋਟਾ ਹੀ ਲਾ ਲਿਆ, ਤੋਰੀ ਚੱਲ ਵਾਵਾ। ਬਸ ਬਹੁਤ ਰੱਖ ਲਾ, ਮੱਥਾ ਟੇਕੀ ਬਾਬਾ, ਐਂ ਆਖ ਬਾ ਕਣਕ ਦੇਣਾ ਜੀ ਬੀਜੀ ਜਾਵੇ। ਦੱਸ ਦੇਣਾ ਤਾਂ ਬੀਜ ਹੀ ਦੇਵਾਂਗੇ ਹੁਣ, ਚਲੋ ਜੀ ਲਓ ਜੀ। ਵਾਹਿਗੁਰੂ ਸੱਚੇ ਪਾਤਸ਼ਾਹ। ਚਲੋ ਜੀ ਬਾਬਾ ਜੀ,
हाँ जी दोस्तों, बीजती जी आपां कणक, बिजाई बहुत सोहनी है जी, पिया ना जी खेत जिवें कॉटन की शर्ट नूं प्रैस मारी हुंदी नवीं नवीं, ऐ करता इको जिहा जावां, मुल मुड़ गया अपने पैसे लाया दा, अद्धे सौखे हो गए, अगे कदे तवियां पाला, कदे हल पाला, कदे सुहागा पाला, अगे सुहागा कोई मंग के लै गया उहदे लिआउणा पऊगा, एक संद पाओ तो कणक बीजो, चलो जी काम निबड़ जाता है। ठीक है जी, धन्यवाद जी साडी वीडियो देखने वास्ते, तो कमेंटा दस्यो वीर जी किन्ने किन्ने बीजी है सुपर सीडर ने कणक, तो किनू चंगी लगती है जी बिजाई दी सुपर सीडर दी। अजे तो पिछले साल 15 किले बीजे सी, तो बहुत वधिया 19 झाड़ हो गया दूजी कणक जिन्ने, बहुत वधिया बिजाई लगी संत जी, तो इस वारी 60 किले बीजांगे, इहदे नाल ही बीजांगे जी। ठीक है जी, साडा चैनल सबसक्राइब करो जी, शेयर करो तो लाइक करो।